ਪੰਜਾਬ ਦੇ ਮਾਲ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ ਜਿਸ ਦੀ ਅੱਜ ਅੰਮ੍ਰਿਤਸਰ ਵਿੱਚ ਸੁਣਵਾਈ ਸੀ। ਮਜੀਠੀਆ ਦੇ ਸਮਰਥਕ ਸਵੇਰ ਤੋਂ ਹੀ ਕੋਰਟ ਕੰਪਲੈਕਸ ਦੇ ਬਾਹਰ ਇਕੱਠੇ ਹੋ ਕੇ ਕੇਜਰੀਵਾਲ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਕੇਜਰੀਵਾਲ ਅੱਜ ਸਵੇਰੇ ਆਪਣੇ ਸਮਰਥਕਾਂ ਦੇ ਨਾਲ ਕੋਰਟ ਵਿੱਚ ਪਹੁੰਚੇ। ਕੋਰਟ 'ਚ ਪੇਸ਼ ਹੋਣ ਤੋਂ ਬਾਅਦ ਛੇਤੀ ਹੀ ਚਲੇ ਗਏ ਤੇ ਛੋਟੇਪੁਰ ਪੱਤਰਕਾਰਾਂ ਦੇ ਨਾਲ ਰੂਬ ਰੂਬ ਹੋਏ। ਅੰਮ੍ਰਿਤਸਰ ਤੋਂ ਸਤਵੰਤ ਔਲਖ, ਸਭ ਤੋਂ ਫਾਸਟ ਆਮਨੇ ਸਾਹਮਣੇ।